ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜਾ ਕਿ ਸੋਸ਼ੀਓਲੋਜੀ ਦਾ ਟੌਪਿਕ ਕਰਾਂਗੇ ਪੱਛਮੀਕਰਨ ਪੱਛਮੀਕਰਨ ਵੈਸਟਰਾਈਜੇਸ਼ਨ ਕੀ ਹੈ ਤੇ ਪੱਛਮੀਕਰਨ ਦੀ ਪ੍ਰਕਿਰਿਆ ਤੇ ਇਹਦੇ ਵਿਸ਼ੇਸ਼ਤਾਵਾਂ ਵਿਸ਼ੇਸ਼ਤਾਵਾਂ ਨੂੰ ਸਟੂਡੈਂਟਸ ਲੱਛਣ ਵੀ ਕਹਿੰਦੇ ਨੇ ਠੀਕ ਹੈ ਇੰਗਲਿਸ਼ ਦੇ ਵਿੱਚ ਫੀਚਰਸ ਕੈਰੈਕਟ੍ਰਿਸਟਿਕਸ ਤੇ ਇਹਦੀ ਪ੍ਰਕਿਰਿਆ ਕੀ ਹੈ ਪੱਛਮੀਕਰਨ ਦੀ ਜਾਂ ਪੱਛਮੀਕਰਨ ਦੇ ਇੱਕ ਨੋਟ ਲਿਖੋ ਤਾਂ ਤੇ ਇਹਦਾ ਕੀ ਪ੍ਰਭਾਵ ਹੈ ਠੀਕ ਹੈ ਹਾਂਜੀ ਪਹਿਲਾਂ ਜਾਣ ਪਛਾਣਾ ਅੰਗਰੇਜ਼ਾਂ ਦੇ ਭਾਰਤ ਤੋਂ ਪਹਿਲਾਂ ਇੱਥੇ ਰਾਜਿਆਂ ਮਹਾਰਾਜਿਆਂ ਦਾ ਰਾਜ ਸੀ ਤਾਂ ਅੰਗਰੇਜ਼ਾਂ ਨੇ ਭਾਰਤ ਨੂੰ ਰਾਜਨੀਤਕ ਤੌਰ ਤੇ ਇੱਕ ਸੂਤਰ ਦੇ ਵਿੱਚ ਪੰਨਿਆ ਜਿਸ ਦੇ ਨਾਲ ਭਾਰਤੀ ਸਮਾਜ ਤੇ ਭਾਰਤੀ ਸੰਸਕ੍ਰਿਤੀ ਦੇ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਆਇਆ ਤਾਂ ਅੰਗਰੇਜ਼ਾਂ ਨੇ ਆਪਣੀ ਸਹੂਲਤ ਦੇ ਲਈ ਭਾਰਤੀ ਸਮਾਜਿਕ ਸੰਸਥਾਵਾਂ ਤੇ ਜਿਹੜੀਆਂ ਹੈਗੀਆਂ ਸੀ ਸਾਂਸਕ੍ਰਿਤਿਕ ਸੰਸਕ੍ਰਿਤੀ ਵਿੱਚ ਕਾਫੀ ਜ਼ਿਆਦਾ ਚੇਂਜਸ ਕੀਤੇ ਜਿਹਦੇ ਨਾਲ ਸਾਡੇ ਸਮਾਜਿਕ ਜੀਵਨ ਦੇ ਵਿੱਚ ਵੀ ਕਾਫੀ ਪ੍ਰਭਾਵਿਤ ਹੋਇਆ ਸਮਾਜਿਕ ਜੀਵਨ ਚਾਹੇ ਅੰਗਰੇਜ਼ਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਹਮਲਾਵਰ ਜਿਵੇਂ ਤੁਰਕ ਮੁਗਲ ਮੰਗੋਲ ਇਹ ਭਾਰਤ ਦੇ ਵਿੱਚ ਆਏ ਤੇ ਇੱਥੇ ਹੀ ਰਹਿ ਕੇ ਰਹੇ ਤੇ ਉਹਨਾਂ ਨੇ ਵੀ ਭਾਰਤੀ ਸੰਸਕ੍ਰਿਤੀ ਵਿੱਚ ਆਪਣਾ ਜਿਹੜੇ ਅਨਸਾਰ ਪਰਿਵਰਤਨ ਕੀਤੇ ਜਿਵੇਂ ਮੁਸਲਮਾਨੀ ਸੰਸਕ੍ਰਿਤੀ ਨੇ ਭਾਰਤੀ ਸਮਾਜ ਦੀ ਸੰਸਕ੍ਰਿਤੀ ਨੂੰ ਕਾਫੀ ਡੂੰਘੇ ਰੂਪ ਦੇ ਵਿੱਚ ਪ੍ਰਭਾਵਿਤ ਕੀਤਾ ਪਰ ਬ੍ਰਿਟਿਸ਼ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਭਾਰਤੀ ਸਮਾਜ ਦੇ ਵਿੱਚ ਤੇਜ਼ੀ ਨਾਲ ਚੇਂਜਸ ਆਏ ਇਸ ਤਰ੍ਹਾਂ ਪੱਛਮੀਕਰਨ ਦਾ ਆਪਾਂ ਅਰਥ ਕਹਿ ਸਕਦੇ ਪੱਛਮੀ ਰੇਸ਼ਿਆਂ ਦਾ ਪ੍ਰਭਾਵ ਪੱਛਮੀਕਰਨ ਦਾ ਸਿੰਪਲ ਵਰਡਿੰਗ ਚ ਅਰਥ ਕੀ ਹੈ ਪੱਛਮੀ ਦੇਸ਼ਾਂ ਦਾ ਪ੍ਰਭਾਵ ਪੱਛਮੀਕਰਨ ਕੀ ਆ ਪੱਛਮੀ ਦੇਸ਼ਾਂ ਦੇ ਪ੍ਰਭਾਵ ਅੰਦਰ ਆਉਣ ਵਾਲਾ ਪ੍ਰਭਾਵ ਠੀਕ ਹੈ ਜਾਂ ਪੱਛਮੀ ਦੇਸ਼ਾਂ ਦੇ ਪ੍ਰਭਾਵ ਅੰਦਰ ਆਉਣਾ ਹਾਂਜੀ ਜਦੋਂ ਪੂਰਬ ਦੇ ਦੇਸ਼ ਜਿਵੇਂ ਭਾਰਤ ਤਮਾਇਨਵਾਰ ਸ਼੍ਰੀਲੰਕਾ ਪੱਛਮੀ ਦੇਸ਼ਾਂ ਜਿਵੇਂ ਬ੍ਰਿਟੇਨ ਜਰਮਨੀ ਫਰਾਂਸ ਇਹਦੇ ਆਦ ਦੇਸ਼ਾਂ ਦੇ ਪ੍ਰਭਾਵ ਦੇ ਵਿੱਚ ਪੈਂਦੇ ਨੇ ਤਾਂ ਉਸ ਪ੍ਰਕਿਰਿਆ ਨੂੰ ਕੀ ਕਹਿੰਦੇ ਨੇ ਪੱਛਮੀਕਰਨ ਪੱਛਮੀ ਦੇਸ਼ਾਂ ਦੇ ਪ੍ਰਭਾਵ ਦੇ ਅੰਤਰਗਤ ਪੂਰਬੀ ਦੇਸ਼ਾਂ ਦੇ ਰਹਿਣ ਸਹਿਣ ਦੇ ਢੰਗ ਆਰਥਿਕ ਸਮਾਜਿਕ ਰਾਜਨੀਤਿਕ ਜੀਵਨ ਵਿੱਚ ਪਰਿਵਰਤਨ ਆ ਜਾਂਦਾ ਤੇ ਪੂਰਬੀ ਦੇਸ਼ਾਂ ਦੇ ਲੋਕ ਆਪਣੀ ਸੰਸਕ੍ਰਿਤੀ ਤੇ ਸੱਭਿਆਚਾਰ ਨੂੰ ਛੱਡ ਕੇ ਪੱਛਮੀ ਦੇਸ਼ਾਂ ਦੀ ਸੰਸਕ੍ਰਿਤੀ ਨੂੰ ਅਪਣਾਉਣ ਲੱਗ ਪੈਂਦੇ ਨੇ ਤੇ ਇਸ ਪ੍ਰਕਿਰਿਆ ਨੂੰ ਆਪਾਂ ਕੀ ਕਹਿੰਦੇ ਆ ਪੱਛਮੀਕਰਨ ਕਹਿੰਦੇ ਆ ਇਹਦੇ ਅੱਗੇ ਪਰਿਭਾਸ਼ਾ ਕਿਸੇ ਦੋ ਰਾਈਟਰ ਦੀ ਕਰ ਲੈਣਾ ਠੀਕ ਹੈ ਜਿਵੇਂ ਲਿੰਚ ਦੇ ਅਨੁਸਾਰ ਪੱਛਮੀਕਰਨ ਵਿੱਚ ਪੱਛਮੀ ਪੋਸ਼ਾਕ ਖਾਣ ਪੀਣ ਤੌਰ ਤਰੀਕੇ ਸਿੱਖਿਆ ਵਿਧੀਆਂ ਖੇਡਾਂ ਕਦਰਾਂ ਕੀਮਤਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਸ਼ਰੀ ਨਵਾਜ਼ ਮੈਂ ਪੱਛਮੀਕਰਨ ਸ਼ਬਦ ਨੂੰ ਅੰਗਰੇਜ਼ੀ ਰਾਜ ਦੇ 150 ਸਾਲ ਦੇ ਸ਼ਾਸਨ ਦੇ ਫਲਸਰੂਪ ਸਮਾਜ ਦੇ ਵਿੱਚ ਤੇ ਸੰਸਕ੍ਰਿਤੀ ਵਿੱਚ ਹੋਏ ਪਰਿਵਰਤਨ ਵਾਲੀ ਪਰਜੋਗ ਕਰਦਾ ਅਗਰ ਤਾਂ ਤੁਹਾਨੂੰ ਡਿੱਟੋ ਪਰਵਾਸਾ ਜ਼ਿਆਦਾ ਫਿਰ ਤੁਸੀਂ ਕਮੈਂਟ ਚ ਦੇਣੀ ਹੈ ਨਹੀਂ ਫਿਰ ਤੁਸੀਂ ਕਮੈਂਟ ਨਹੀਂ ਪਾਉਣੇ ਵੈਸੇ ਤੁਸੀਂ ਆਪਣੀ ਵਰਡਿੰਗ ਚ ਲਿਖ ਸਕਦੇ ਹੋ ਹਾਂਜੀ ਅੱਗੇ ਵਿਸ਼ੇਸ਼ਤਾਵਾਂ ਪੱਛਮੀਕਰਨ ਇੱਕ ਜਟਿਲ ਪ੍ਰਕਿਰਿਆ ਕੰਪਲੈਕਸ ਪ੍ਰੋਸੈਸ ਆ ਪੱਛਮੀਕਰਨ ਦੀ ਪ੍ਰਕਿਰਿਆ ਨੇ ਭਾਰਤੀ ਸੰਸਕ੍ਰਿਤੀ ਦੇ ਹਰੇਕ ਪੱਖ ਨੂੰ ਡੂੰਘੇ ਰੂਪ ਨਾਲ ਪ੍ਰਭਾਵਿਤ ਕੀਤਾ ਜਿਹਦੇ ਨਾਲ ਸਾਡੀ ਜਾਤੀ ਵਿਵਸਥਾ ਧਰਮ ਸੰਸਕ੍ਰਿਤੀ ਆਦਰਸ਼ ਇਹ ਕਾਫੀ ਜਿਆਦੇ ਨੇ ਚ ਪਰਿਵਰਤਨ ਆਇਆ ਉਦਾਹਰਨ ਦੇ ਤੌਰ ਤੇ ਪਹਿਲਾਂ ਲੋਕ ਜ਼ਮੀਨ ਉੱਤੇ ਬੈਠ ਕੇ ਰੋਟੀ ਖਾਇਆ ਕਰਦੇ ਸੀ ਪਰ ਪੱਛਮੀਕਰਨ ਦੇ ਪ੍ਰਭਾਵ ਦੇ ਨਾਲ ਡਾਈਨਿੰਗ ਟੇਬਲ ਚੱਲ ਗਿਆ ਠੀਕ ਹੈ ਚਮਚੇ ਨਾਲ ਰੋਟੀ ਖਾਣ ਲੱਗ ਗਏ ਬੈਠ ਕੇ ਤੇ ਪੱਛਮੀਕਰਨ ਦੀ ਪ੍ਰਕਿਰਿਆ ਵਿੱਚ ਇੱਕ ਜਟਿਲ ਪ੍ਰਕਿਰਿਆ ਕਿਉਂਕਿ ਕਿਸੇ ਵੀ ਸੰਸਕ੍ਰਿਤੀ ਦੇ ਆਦਰਸ਼ ਵਿਚਾਰ ਆਸਾਨੀ ਨਾਲ ਨਹੀਂ ਬਣਾਇਆ ਜਾ ਸਕਦੇ ਉਹਨਾਂ ਨੂੰ ਅਪਣਾਉਣ ਦੇ ਵਿੱਚ ਥੋੜਾ ਟਾਈਮ ਲੱਗਦਾ ਤੇ ਆਪਣੀ ਸੰਸਕ੍ਰਿਤੀ ਦਾ ਵਿਰੋਧ ਵੀ ਜ਼ਰੂਰ ਹੁੰਦਾ ਜਿਸ ਕਰਕੇ ਪੱਛਮੀਕਰਨ ਆਪਾਂ ਕੀ ਕਹ ਸਕਦੇ ਇੱਕ ਜਟਿਲ ਪ੍ਰਕਿਰਿਆ ਹੈ ਤੇ ਪੱਛਮੀਕਰਨ ਦੀ ਪ੍ਰਕਿਰਿਆ ਅੰਗਰੇਜ਼ਾਂ ਵੱਲੋਂ ਲਈ ਗਈ ਸੰਸਕ੍ਰਿਤੀ ਆ ਪੱਛਮੀ ਦੇਸ਼ਾਂ ਦੀ ਪ੍ਰਕਿਰਿਆ ਦੇ ਪ੍ਰਭਾਵ ਨਾਲ ਪੱਛਮੀਕਰਨ ਦੀ ਪੱਛਮੀ ਦੇਸ਼ਾਂ ਦੀ ਪ੍ਰਕਿਰਿਆ ਦੇ ਪ੍ਰਭਾਵ ਨਾਲ ਪੱਛਮੀਕਰਨ ਦੀ ਪ੍ਰਕਿਰਿਆ ਸਾਡੇ ਦੇਸ਼ ਦੇ ਵਿੱਚ ਆਉਂਦੀ ਆ ਤੇ ਅੰਗਰੇਜ਼ਾਂ ਨੇ ਆਪਣੀ ਸੁਵਿਧਾ ਲਈ ਆਪਣੀ ਸੰਸਕ੍ਰਿਤੀ ਨੂੰ ਭਾਰਤ ਵਿੱਚ ਫੈਲਾਉਣਾ ਸ਼ੁਰੂ ਕੀਤਾ ਸੀ ਭਾਰਤੀ ਸੰਸਕ੍ਰਿਤੀ ਉਤੇ ਪੱਛਮੀ ਸੰਸਕ੍ਰਿਤੀ ਦਾ ਬਹੁਤ ਹੀ ਪ੍ਰਭਾਵ ਪਿਆ ਕਿਉਂਕਿ ਕ੍ਰੇਜਾਂ ਨੇ ਲਗਭਗ 200 ਸਾਲ ਭਾਰਤ ਤੇ ਰਾਜ ਕੀਤਾ ਤੇ ਪ੍ਰਾਚੀਨ ਸਮੇਂ ਵਿੱਚ ਭਾਰਤ ਵਿੱਚ ਵੀ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਸੀ ਪਰ ਅੰਗਰੇਜ਼ਾਂ ਨੇ ਉਹਨੂੰ ਬਦਲ ਕੇ ਵਿਗਿਆਨ ਤੇ ਤਰਕ ਦੇ ਲੌਜਿਕ ਦੇ ਆਧਾਰਿਤ ਤੇ ਸਿੱਖਿਆ ਕਰਤੀ ਤੇ ਉਹਨਾਂ ਨੇ ਸਿੱਖਿਆ ਵਿੱਚ ਸਮਾਨਤਾ ਦੀ ਸਿੱਖਿਆਗਨੀਤੀ ਨੂੰ ਵੀ ਬਣਾਇਆ ਤੇ ਉਹਨਾਂ ਨੇ ਸਿੱਖਿਆ ਵਿੱਚ ਲਿੰਗ ਦੇ ਆਧਾਰ ਤੇ ਭੇਦਭਾਵ ਖਤਮ ਕਰਨ ਦੀ ਕੋਸ਼ਿਸ਼ ਕੀਤੀ ਮਤਲਬ ਕਿ ਬੋਏ ਗਰਲ ਠੀਕ ਹੈ ਤੇ ਕੋ ਐਜੂਕੇਸ਼ਨ ਨੂੰ ਸਕੂਲ ਖੋਲੇਗੇ ਤੇ ਉਹਨਾਂ ਦੀਆਂ ਨੀਤੀਆਂ ਦੇ ਕਾਰਨ ਹੀ ਉੱਚੇ ਦੇ ਨੀਵੇਂ ਜਾਤਾਂ ਦੇ ਲੋਕਾਂ ਨੇ ਇਕੱਠੇ ਮਿਲ ਕੇ ਸਿੱਖਿਆ ਲੈਣੀ ਸ਼ੁਰੂ ਕੀਤੀ ਅੱਗੇ ਹੈਗਾ ਇਹ ਇੱਕ ਚੇਤਨ ਤੇ ਅਚੇਤਨ ਪ੍ਰਕਿਰਿਆ ਕੌਨਸ਼ੀਅਸ ਤੇ ਅਨਕੌਨਸ਼ੀਅਸ ਪ੍ਰੋਸੈਸ ਆ ਪੱਛਮੀਕਰਨ ਦੀ ਪ੍ਰਕਿਰਿਆ ਚੇਤਨ ਹੋਣ ਦੇ ਨਾਲ ਨਾਲ ਅਚੇਤਨ ਪ੍ਰਕਿਰਿਆ ਵੀ ਆ ਇਹ ਅਚੇਤਨ ਪ੍ਰਕਿਰਿਆ ਇਸ ਤਰ੍ਹਾਂ ਕਿਉਂਕਿ ਵਿਅਕਤੀ ਨਾ ਚਾਹੁੰਦੇ ਹੋਏ ਵੀ ਪੱਛਮੀ ਪ੍ਰਭਾਵ ਦੇ ਅੰਦਰ ਆ ਜਾਂਦਾ ਮਤਲਬ ਕਿ ਪੇਸ਼ੇਵਰ ਨੂੰ ਨਾ ਚਾਵੇ ਬਟ ਜਿਵੇਂ ਮੰਨ ਲਓ ਹੁਣ ਅੱਜ ਕੱਲ ਸਾਰੇ ਹੀ ਵੈਸਟਰਨ ਹਨਾ ਕਲੋਥਸ ਪਾ ਰਹੇ ਨੇ ਵੈਸਟਰਨ ਉਹਨਾਂ ਦਾ ਢੰਗ ਸਟਾਈਲ ਸਭ ਕੁਝ ਹੋ ਰਿਹਾ ਤਾਂ ਜਿਹੜਾ ਆਪਣਾ ਮਤਲਬ ਕਿ ਉੱਥੇ ਜੋ ਸਿੰਪਲ ਕੋਈ ਖੜਿਆ ਹਨ ਬੁਆਏ ਜਾਂ ਗਰਲ ਤਾਂ ਉਹਨੂੰ ਸਾਰੇ ਸਮਾਜ ਤੋਂ ਟੌਂਟ ਕਰਨ ਲੱਗ ਜਾਂਦੇ ਨੇ ਤਾਂ ਉਹਨੂੰ ਨਾ ਚਾਹੁੰਦੇ ਹੋਈ ਵੀ ਉਹ ਵੈਸਟਰਨ ਕਲਚਰ ਆ ਜਿਹੜੇ ਕਿ ਅ ਅਪਣਾਉਣਾ ਪੈ ਰਿਹਾ ਠੀਕ ਹੈ ਤੇ ਇਹ ਆਪਾਂ ਕਹਿ ਸਕਦੇ ਹਾਂ ਕਿ ਵੀ ਚੇਤਨ ਹੋਣ ਦੇ ਨਾਲ ਉਹ ਅਚੇਤਨ ਭ ਵੀ ਰਹੀ ਹੈ ਉਹਨੂੰ ਨਾ ਚਾਹੁੰਦੇ ਹੋਵੇ ਉਸ ਦੇ ਪ੍ਰਭਾਵ ਦੇ ਅੰਦਰ ਆ ਜਾਂਦਾ ਕਿਉਂਕਿ ਅਸੀਂ ਬਹੁਤ ਸਾਰੇ ਚੀਜ਼ਾਂ ਦੇ ਵਿੱਚ ਅਚੇਤਨ ਰੂਪ ਦੇ ਨਾਲ ਖਿੱਚੇ ਜਾਂਦੇ ਆ ਪੱਛਮੀ ਵਿਦੇਸ਼ੀ ਸੰਸਕ੍ਰਿਤੀ ਵਿੱਚ ਬਹੁਤ ਸਾਰੇ ਅਜਿਹੇ ਤੱਤ ਨੇ ਜਿਨ੍ਹਾਂ ਦੇ ਵੱਲ ਵਿਅਕਤੀ ਨਾ ਚਾਹੁੰਦੇ ਵੀ ਖਿੱਚੇ ਜਾਂਦੇ ਨੇ ਤਾਂ ਇਸੇ ਤਰੀਕੇ ਨਾਲ ਇਹ ਚੇਤਨ ਪ੍ਰਕਿਰਿਆ ਵੀ ਕਿਉਂਕਿ ਬਹੁਤੀ ਵਾਰ ਵਿਅਕਤੀ ਆਪਣੀ ਇੱਛਾ ਦੇ ਨਾਲ ਪੰਜਵੀਂ ਸੰਸਕ੍ਰਿਤੀ ਨੂੰ ਆਪਣਾਉਂਦੇ ਨੇ ਠੀਕ ਹੈ ਜਿਵੇਂ ਵਿਦੇਸ਼ੀ ਕੱਪੜਾ ਹੋ ਗਿਆ ਹਾਂਜੀ ਪੱਛਮੀ ਕਰਨ ਤੇ ਆਧੁਨਿਕੀਕਰਨ ਦੇ ਵਿੱਚ ਅੰਤਰ ਬਹੁਤ ਹੈ ਬਹੁਤ ਚਾਹੇ ਬਹੁਤ ਸਾਰੇ ਲੋਕਾਂ ਵਿੱਚ ਇਹਨਾਂ ਦੋਹਾਂ ਪ੍ਰਕਿਰਿਆਵਾਂ ਦਾ ਅਰਥ ਇੱਕੋ ਲਿਆ ਜਾਂਦਾ ਪਰ ਅਸਲ ਦੇ ਵਿੱਚ ਇਹ ਦੋਵੇਂ ਪ੍ਰਕਿਰਿਆਵਾਂ ਅਲੱਗ-ਅਲੱਗ ਨੇ ਇਹਨਾਂ ਵਿੱਚ ਬਹੁਤ ਸਾਰੇ ਅੰਤਰ ਨੇ ਜਿਵੇਂ ਕਿ ਆਧੁਨਿਕ ਕਰਨ ਦੀ ਪ੍ਰਕਿਰਿਆ ਨਾਲ ਜੋ ਵੀ ਪਰਵਰਤਨ ਆਏ ਨੇ ਉਹਨਾਂ ਨੂੰ ਠੀਕ ਮੰਨਿਆ ਜਾਂਦਾ ਠੀਕ ਹੈ ਤੇ ਇਸ ਪ੍ਰਕਿਰਿਆ ਨੂੰ ਕਿਸੇ ਕੀਮਤ ਦੇ ਨਾਲ ਜੋੜਿਆ ਜਾਂਦਾ ਕਿਸੇ ਵੈਲਿਊ ਦੇ ਨਾਲ ਜੋੜਿਆ ਜਾਂਦਾ ਪਰ ਪੱਛਮੀ ਕਰਨ ਦੀ ਪ੍ਰਕਿਰਿਆ ਨਾਲ ਜਿਹੜੇ ਵੀ ਪਰਵਰਤਨ ਆਏ ਨੇ ਉਹਨਾਂ ਦੇ ਬਾਰੇ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਠੀਕ ਆ ਜਾਂ ਗਲਤ ਆ ਤਾਂ ਇਹ ਆਪਾਂ ਇੱਕ ਐਸਾ ਦੇ ਕੇ ਕਹੇ ਵੈਲਿਊਜ਼ ਰਹਿਤ ਪ੍ਰਕਿਰਿਆ ਪੱਛਮੀਕਰਨ ਇੱਕ ਜਟਿਲ ਤੇ ਬਹੁਪਤਰੀ ਧਾਰਨਾ ਹਾਂਜੀ ਪੱਛਮੀਕਰਨ ਇੱਕ ਜਟਿਲ ਤੇ ਬਹੁਪਤਰੀ ਧਾਰਨਾ ਪੱਛਮੀਕਰਨ ਦੀ ਪ੍ਰਕਿਰਿਆ ਵਿੱਚ ਇੱਕ ਪਾਸੇ ਪੱਛਮੀ ਤਕਨੀਕ ਤੋਂ ਲੈ ਕੇ ਦੂਜੇ ਪਾਸੇ ਆਧੁਨਿਕ ਵਿਗਿਆਨ ਦੀ ਪੁਰਜ਼ੋਗਾਤਮਕ ਵਿਧੀ ਤੇ ਆਧੁਨਿਕ ਇਤਿਹਾਸ ਲੇਖਣ ਦਾ ਕਾਫੀ ਵੱਡਾ ਖੇਤਰ ਸ਼ਾਮਲ ਹੈ ਪੱਛਮੀਕਰਨ ਦਾ ਪ੍ਰਭਾਵ ਜੀਵਨ ਦੇ ਹਰੇਕ ਖੇਤਰ ਤੇ ਪਿਆ ਇਸ ਦੇ ਕਾਰਨ ਜਾਤ ਸਰੰਚਨਾ ਦੇ ਸਾਰੇ ਪੱਧਰਾਂ ਤੇ ਬਦਲਾਅ ਆਏ ਨੇ ਇਥੋਂ ਤੱਕ ਕਿ ਅਦਰਸ਼ ਵਿਚਾਰ ਧਰਮ ਕਲਾ ਕਦਰਾਂ ਕੀਮਤਾਂ ਵੀ ਇਹਦੇ ਪ੍ਰਭਾਵ ਦੀ ਨਾਕੇ ਬਦਲ ਗਏ ਨੇ ਤੇ ਅੱਗੇ ਇਹਦੀ ਪ੍ਰਭਾਸ਼ਾ ਠੀਕ ਹੈ ਜਿਵੇਂ ਭੋਜਨ ਦੇ ਵਿੱਚ ਚੇਂਜਸ ਆ ਗਏ ਨੇ ਦੇ ਸਾਰੇ ਚੇਂਜਸ ਆ ਗਏ ਨੇ ਤੇ ਅੱਗੇ ਆਗਾ ਪੱਛਮੀਕਰਨ ਦੇ ਕੀ ਨਤੀਜੇ ਨਿਕਲੇ ਕੀ ਪ੍ਰਭਾਵ ਸਿੱਤੇ ਪ੍ਰਭਾਵ ਸਿੱਤੇ ਵੀ ਲਿਖਿਆ ਜਾ ਸਕਦਾ ਜਾਂ ਪੱਛਮੀਕਰਨ ਦੇ ਸਮਾਜਿਕ ਪਰਵਰਤਨ ਦੇ ਵਿੱਚ ਕੀ ਰੋਲ ਅਦਾ ਕੀਤਾ ਹਾਂਜੀ ਕੀ ਯੋਗਦਾਨ ਪਾਇਆ ਤਾਂ ਇਹਦੇ ਵਿੱਚ ਇਹਦੇ ਨਾਲੇ ਕੰਬਾਈਨ ਕੁਐਸਚਨ ਕਰ ਲੈਣਾ ਕਈ ਵਾਰ ਆਜਾ ਨਾਲ ਇਕੱਠਾ ਰਲ ਕੇ ਸਿੱਖਿਆ ਦੇ ਖੇਤਰ ਵਿੱਚ ਵੀ ਪਰਵਰਤਨ ਆਇਆ ਪ੍ਰਚੀਨ ਸਮੇਂ ਵਿੱਚ ਲੋਕਾਂ ਨੂੰ ਸਿੱਖਿਆ ਦੇਣਾ ਧਰਮ ਦੇ ਆਧਾਰ ਤੇ ਕੀਤੀ ਜਾਂਦੀ ਸੀ ਹਨਾ ਬ੍ਰਾਹਮਣ ਵਰਗ ਕਰਦੇ ਸੀ ਬਟ ਤੇ ਜਾਤੀ ਭੇਦਭਾਵ ਵੀ ਬਹੁਤ ਜ਼ਿਆਦਾ ਸੀ ਬਟ ਉਸ ਤੋਂ ਬਾਅਦ ਜਿਹੜੇ ਕਿ ਇਹਨਾਂ ਦੇ ਵਿੱਚ ਪੱਛਮੀਕਰਨ ਦੇ ਨਾਲ ਸਿੱਖਿਆ ਧਾਰਮਿਕ ਵਰਗ ਤੋਂ ਹਟ ਕੇ ਤੁਹਾਨੂੰ ਨਿਰਪੱਖ ਬਣ ਗਈ ਤੇ ਨਾਲ ਦੀ ਨਾਲ ਜਿਹੜੇ ਕਿ ਕਾਫੀ ਜ਼ਿਆਦਾ ਇਹਦੇ ਵਿੱਚ ਵੈਸਟਰਨਸ ਕਲਚਰ ਅਪਣਾਇਆ ਗਿਆ ਲਾਈਕ ਜਿਵੇਂ ਕੋ-ਐਜੂਕੇਸ਼ਨ ਹੋ ਗਈ ਠੀਕ ਹੈ ਭੇਦਭਾਵ हट ਗਿਆ ਲਿੰਗ ਦੇ ਆਧਾਰ ਤੇ ਬॉय ਗਰਲ ਤੇ ਸਕੂਲ ਕਾਲਜ ਖੋਲੇ ਗਏ ਤਰਕ ਦੇ ਆਧਾਰ ਤੇ ਸਿੱਖਿਆ ਦਿੱਤੀ ਗਈ ਵਿਗਿਆਨ ਦੇ ਆਧਾਰ ਤੇ ਸਿੱਖਿਆ ਦਿੱਤੀ ਗਈ ਇਹ ਸਾਰੇ ਚੇਂਜਸ ਆ ਗਏ ਤੇ ਜਾਤ ਪ੍ਰਥਾ ਵਿੱਚ ਹਾਂਜੀ ਇਹਦੇ ਵਿੱਚ ਵੀ ਆਪਾਂ ਪਹਿਲਾਂ ਜਿਹੜੀ ਕਿ ਕਾਫੀ ਜ਼ਿਆਦਾ ਜਾਤੀ ਪ੍ਰਥਾ ਸੀ ਬਟ ਜਿਹੜੇ ਕਿ ਪੱਛਮੀਕਰਨ ਦੇ ਨਾਲ ਜਾਤੀ ਪ੍ਰਥਾ ਨੂੰ ਡੂੰਘਾ 60 ਬਜੇ ਇਹਦੇ ਵਿੱਚ ਜਿਹੜੀ ਕਿ ਜਾਤ ਦਾ ਭੇਦਭਾਵ ਬਿਲਕੁਲ ਕਮਜ਼ੋਰ ਹੋ ਗਿਆ ਠੀਕ ਹੈ ਤੇ ਹੁਣ ਅੱਜਕੱਲ ਤਾਂ ਜਾਤ ਨੂੰ ਬਿਲਕੁਲ ਵੀ ਨਹੀਂ ਉਹ ਕੀਤਾ ਜਾਂਦਾ ਹਨਾ ਤੇ ਹਰ ਇੱਕ ਨੂੰ ਸਮਾਨਤ ਕਿਉਂਕਿ ਸਭ ਤੋਂ ਵੱਡੀ ਜਾਤ ਕਿਹੜੀ ਹੁੰਦੀ ਹੈ ਮਨੁੱਖਤਾ ਦੀ ਹੁੰਦੀ ਹੈ ਇਨਸਾਨੀਅਤ ਤੇ ਵਿਆਹ ਦੀ ਸੰਸਥਾ ਵਿੱਚ ਪਰਿਵਰਤਨ ਆ ਗਿਆ ਠੀਕ ਹੈ ਤੇ ਪਹਿਲਾ ਔਰਤਾਂ ਨੂੰ ਘਰ ਦੀ ਚਾਰਦੀਵਾਰੀ ਦੇ ਵਿੱਚ ਦੀਵਾਰੀ ਤੋਂ ਸੁਤੰਤਰਤਾ ਉਸ ਘਰ ਦੀ ਚਾਰਦੀਵਾਰੀ ਦੇ ਵਿੱਚ ਸੀ ਬਟ ਉਸ ਤੋਂ ਬਾਅਦ ਵੀ ਉਹ ਸੁਤੰਤਰਤਾ ਮਿਲ ਗਈ ਵਿਆਹ ਦੇ ਸੰਬੰਧ ਵਿੱਚ ਉਹਨਾਂ ਨੇ ਵਿਚਾਰ ਪ੍ਰਗਟ ਕਰਨ ਲੱਗੇ ਸ਼ੁਰੂ ਕੀਤੇ ਉਹਨਾਂ ਨੇ ਜਾਤ ਪ੍ਰਥਾ ਦੇ ਜਾਤ ਪ੍ਰਥਾ ਨੂੰ ਵੀ ਵਿਆਹ ਦੇ ਵਿੱਚ ਖਤਮ ਮਤਲਬ ਕਿ ਇੱਕ ਬੰਧਨ ਸੀ ਜਿਹੜਾ ਉਹ ਖਤਮ ਹੋ ਰਿਹਾ ਹੈ ਅ ਇੰਟਰ ਕਾਸਟ ਮੈਰिज ਸ਼ੁਰੂ ਹੋ ਰਹੀਆਂ ਨੇ ਮਨਮਰਜ਼ੀ ਨਾਲ ਵਿਆਹ ਕਰਵਾਉਣਾ ਇਹ ਸਾਰੇ ਚੇਂਜਸ ਆ ਕੇ ਵਿਧਵਾ ਪੁਨਰ ਵਿਆਹ ਹੋ ਗਿਆ ਠੀਕ ਹੈ ਰਾਜਨੀਤਿਕ ਪ੍ਰਭਾਵ ਪੈ ਗਏ ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਤਾਂ ਉਸ ਸਮੇਂ ਸੈਂਕੜੇ ਛੋਟੇ-ਛੋਟੇ ਰਾਜਾਂ ਵਿੱਚ ਵੰਡਿਆ ਸੀ ਪਰ ਇਹਨਾਂ ਛੋਟੇ-ਛੋਟੇ ਰਾਜਾਂ ਨੂੰ ਤੇਜ਼ੀ ਨਾਲ ਜਿੱਤਿਆ ਅਤੇ ਭਾਰਤ ਵਿੱਚ ਇੱਕੀਕਰਨ ਕੀਤਾ ਫਿਰ ਪੱਛਮੀ ਕਰਨ ਦੇ ਨਾਲ ਹੀ ਮਤਲਬ ਕਿ ਭਾਰਤੀ ਸੰਵਿਧਾਨ ਅਪਣਾਇਆ ਗਿਆ ਠੀਕ ਹੈ ਤੇ ਕਈ ਤਰ੍ਹਾਂ ਦੇ ਲੋਕਤੰਤਰੀ ਸੰਸਥਾਵਾਂ ਸ਼ੁਰੂ ਕੀਤੀਆਂ ਗਈਆਂ ਰਾਜਨੀਤਿਕ ਸਰੂਪ ਨੂੰ ਲੋਕਤੰਤਰ ਪ੍ਰਣਾਲੀ ਨੂੰ ਅਪਣਾਇਆ ਗਿਆ ਠੀਕ ਹੈ ਬਹੁਤ ਸਾਰੇ ਕਾਲ ਸਕੂਲ ਸਹਿਤ ਸੰਵਿਧਾਨ ਨੂੰ ਵਿਕਸਿਤ ਕੀਤਾ ਗਿਆ ਤੇ ਪਰਿਵਾਰ ਵਿੱਚ ਪਰਿਵਰਤਨ ਆਇਆ ਠੀਕ ਹੈ ਪਰਿਵਾਰਾਂ ਵਿੱਚ ਪਰਿਵਰਤਨ ਪ੍ਰਚੀਨ ਸਮੇਂ ਵਿੱਚ ਪਰਿਵਾਰ ਸਮਾਜਿਕ ਨਿਯੰਤਰਣ ਦਾ ਵੱਡਾ ਸਾਧਨ ਸੀ ਪਰਿਵਾਰ ਆਪਣੇ ਮੈਂਬਰਾਂ ਦੇ ਲਈ ਕੁਝ ਨਿਯਮ ਬਣਾਉਂਦਾ ਸੀ ਤੇ ਸਾਰੇ ਵਿਅਕਤੀ ਉਹਨਾਂ ਨਿਯਮਾਂ ਨੂੰ ਪਾਲਣਾ ਕਰਦੇ ਸੀ ਤੇ ਹੌਲੀ-ਹੌਲੀ ਇਹਦੇ ਵਿੱਚ ਜਿਹੜੇ ਕਿ ਚੇਂਜਸ ਆਉਣੇ ਸ਼ੁਰੂ ਹੋ ਗਏ ਇੱਕ ਤਾਂ ਪਰਿਵਾਰਾਂ ਦੇ ਵਿੱਚ ਇਹ ਹੋ ਗਿਆ ਕਿ ਛੋਟਾ ਪਰਿਵਾਰ ਵੱਣਨੇ ਸ਼ੁਰੂ ਹੋ ਗਿਆ ਹਨਾ ਔਰਤ ਨੂੰ ਵੀ ਬਰਾਬਰ ਦੇ ਹੱਕ ਮਿਲਣੇ ਸ਼ੁਰੂ ਹੋ ਗਏ ਔਰਤ ਨੂੰ ਵੀ ਸਿੱਖਿਆ ਦਾ ਅਧਿਕਾਰ ਹਾਸਲ ਹੋ ਗਿਆ ਤੇ ਨੌਕਰੀ ਕਰਨ ਲੱਗ ਪਈਆਂ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਆਪਣਾ ਜਿਹੜੇ ਕਿ ਆਪਣੇ ਪੈਰਾਂ ਤੇ ਖੜੇ ਤੋ ਇਹ ਆਗੇ ਜਿਹੜੇ ਕਿ ਚੇਂਜਸ ਪਰਿਵਾਰਾਂ ਦੇ ਵਿੱਚ ਪਰਿਵਾਰਿਕ ਨਿਯੰਤਰਣ ਘਟ ਗਿਆ ਤੇ ਬਸ ਆਪਣੇ ਕੋਲੋਂ ਬਣਾ ਸਕਦੇ ਈਜ਼ੀ ਈਜ਼ੀ ਪੁਆਇੰਟ ਨੇ ਸੰਸਕ੍ਰਿਤੀ ਤੇ ਪ੍ਰਭਾਵ ਕੀ ਪੈ ਗਿਆ ਤਾਂ ਭਾਰਤੀ ਲੋਕ ਪਹਿਲਾਂ ਅੰਗਰੇਜ਼ਾਂ ਨਾਲ ਸੰਪਰਕ ਵਿੱਚ ਆਜੇ ਤਾਂ ਉਹਨਾਂ ਨੇ ਉਹਨਾਂ ਨੂੰ ਅਪਣਾਉਣਾ ਸ਼ੁਰੂ ਕੀਤਾ ਉਹਨਾਂ ਨੇ ਦੇਖਿਆ ਕਿ ਪੱਛਮੀ ਸੰਸਕ੍ਰਿਤੀ ਵਿੱਚ ਉਹਨਾਂ ਸੰਸਕ੍ਰਿਤ ਤੋਂ ਬਿਲਕੁਲ ਲੱਗਿਆ ਤਾਂ ਉਹਨਾਂ ਨੇ ਇਸ ਵਕਤ ਸੰਸਕ੍ਰਿਤੀ ਨੂੰ ਆਪਣੀ ਸੰਸਕ੍ਰਿਤੀ ਵਿੱਚ ਮਿਲਾਉਣਾ ਸ਼ੁਰੂ ਕੀਤਾ ਜਿਵੇਂ ਅੰਧਵਿਸ਼ਵਾਸ ਬਹਿਮ ਭਰਮ ਇਹ ਪ੍ਰਚਲੇ ਸੀ ਉਹ ਹੁਣ ਘਟ ਗਏ ਠੀਕ ਹੈ ਛੱਡਣਾ ਸ਼ੁਰੂ ਕੀਤਾ ਹਰ ਗੱਲ ਨੂੰ ਤਰਕ ਦੇ ਆਧਾਰ ਤੇ ਉਹਨਾਂ ਨੇ ਤੋਲ ਇਹ ਸਾਰਾ ਹੋ ਗਿਆ ਤੇ ਲੋਕ ਜਿਹੜੇ ਪਰੰਪਰਾਵਾਰ ਰੀਤੀ ਰਵਾਸੀ ਕੀਮਤਾਂ ਨੂੰ ਉਹਨਾਂ ਨੂੰ ਬਦਲਤਾ ਪਹਿਲਾਂ ਲੋਕ ਪਹਿਲਾਂ ਲੋਕ ਹੇਠਾਂ ਬੈਠ ਕੇ ਰੋਟੀ ਖਾਂਦੇ ਸੀ ਹੁਣ ਮੇਜ਼ ਕੁਰਸੀ ਤੇ ਬੈਠ ਕੇ ਖਾਣ ਲੱਗ ਪਏ ਕੱਪੜੇ ਪਾਉਣਾ ਘਰ ਬਣਾਉਣਾ ਉਹਨਾਂ ਨੂੰ ਸਜਾਉਣ ਦੇ ਢੰਗ ਵੀ ਬਦਲ ਗਏ ਇਹ ਸੰਸਕ੍ਰਿਤੀ ਤੇ ਪ੍ਰਭਾਵ ਹੋ ਗਿਆ ਆਰਥਿਕ ਸੰਸਥਾਵਾਂ ਤੇ ਹਾਂਜੀ ਅ ਪਹਿਲਾਂ ਸਿਰਫ ਆਪਣੀ ਜ਼ਰੂਰਤਾਂ ਪੂਰਾ ਕਰਨ ਲਈ ਉਤਪਾਦਨ ਕਰਦੇ ਸੀ ਬਟ ਜਦੋਂ ਮੰਡੀ ਵਿਵਸਥਾ ਆ ਗਈ ਤਾਂ ਉਹਨਾਂ ਨੇ ਜਿਹੜੇ ਕਿ ਆਪਣਾ ਵਪਾਰ ਵਧਾਉਣ ਦੇ ਬਾਰੇ ਸੋਚਿਆ ਠੀਕ ਹੈ ਕਿਰਤਵੰਡ ਵਿੱਚ ਬਰੋਤਨ ਹੋਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਵਪਾਰ ਕਰਨ ਦੇ ਨਾਲ ਮੰਡੀ ਤਪਾਦਨ ਦੇ ਵਿੱਚ ਵੇਚ ਕੇ ਜਿਹੜੇ ਕੀ ਆਪਣਾ ਵੱਧ ਤੋਂ ਵੱਧ ਮੁਨਾਫਾ ਕਮਾਉਣ ਲੱਗ ਪਏ ਤੇ ਪੈਸੇ ਨਾਲ ਆਪਣਾ ਜੀਵਨ ਸੁਧਾਰਨ ਲੱਗ ਪਏ ਮੰਨ ਲਓ ਕਿ ਪਗੈਸਾ ਦੇ ਕੀ ਖੇਤੀ ਦਾ ਵਪਾਰੀ ਕਰਨੇ ਸ਼ੁਰੂ ਹੋ ਗਿਆ ਨਗਦੀ ਫਸਲਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਧਰਮ ਤੇ ਪ੍ਰਭਾਵ ਜਿਹੜੇ ਕੀ ਪ੍ਰਚੀਨ ਸਮੇਂ ਤੋਂ ਭਾਰਤੀ ਲੋਕਾਂ ਦੇ ਜੀਵਨ ਤੇ ਧਰਮ ਦਾ ਕਾਫੀ ਪ੍ਰਭਾਵ ਰਿਹਾ ਤੇ ਜੀਵਨ ਦਾ ਹਰੇਕ ਖੇਤਰ ਧਰਮ ਤੋਂ ਪ੍ਰਭਾਵਿਤ ਸੀ ਤੇ ਲੋਕ ਧਰਮ ਦੇ ਅਨੁਸਾਰ ਸਾਰੇ ਕੰਮ ਕਰਦੇ ਸੀ ਧਰਮ ਤੋਂ ਬਿਨਾ ਤਾਂ ਲੋਕ ਜੀਵਨ ਜੀਣ ਦੇ ਬਾਰੇ ਸੋਚ ਵੀ ਨਹੀਂ ਸਕਦੇ ਧਰਮ ਦਾ ਸਮਾਜਿਕ ਨਿਯੰਤਰਣ ਦਾ ਇੱਕ ਪ੍ਰਮੁੱਖ ਸਾਧਨ ਸੀ ਪਰ ਪੱਛਮੀਕਰਨ ਦੇ ਪ੍ਰਭਾਵ ਨਾਲ ਧਰਮ ਨਿਰਪੱਖਤਾ ਸਾਡੇ ਦੇਸ਼ ਵਿੱਚ ਆਉਣੇ ਸ਼ੁਰੂ ਹੋ ਗਈ ਲੋਕਾਂ ਦੇ ਜੀਵਨ ਵਿੱਚ ਧਰਮ ਦਾ ਪ੍ਰਭਾਵ ਘਟ ਭਾਵ ਕਿ ਸਾਰੇ ਧਰਮਾਂ ਨੂੰ ਬਰਾਬਰ ਦਾ ਜਿਹੜੇ ਕਿ ਦਰਜਾ ਮਿਲਿਆ ਤੇ ਕੋਈ ਵੀ ਰਾਜ ਦਾ ਆਪਣਾ ਧਰਮ ਨਹੀਂ ਹੈ ਠੀਕ ਹੋ ਗਿਆ ਧਰਮ ਨਿਰਪੱਖ ਜਿਹੜੇ ਅੰਧਵਿਸ਼ਵਾਸੀ ਵਿਭੰਸ ਸਿਓ ਖਤਮ ਹੋ ਗਏ ਲੋਕ ਤਰਕ ਦੇ ਆਧਾਰ ਤੇ ਜਿਹੜੇ ਕਿ ਹਰ ਇੱਕ ਚੀਜ਼ ਨੂੰ ਪਰਖਣ ਲੱਗੇ ਧਾਰਮਿਕ ਕਟੜਤਾ ਖਤਮ ਹੋ ਗਈ ਠੀਕ ਹੈ ਤੇ ਸ਼ਾਂਸ਼ੀਲਤਾ ਵਧਨੇ ਸ਼ੁਰੂ ਹੋ ਗਏ ਧਾਰਮਿਕ ਸ਼ਾਂਸ਼ੀਲਤਾ ਵਕ ਵਕ ਧਰਮਾ ਜਾਤਾਂ ਦੇ ਲੋਕ ਇਕੱਠੇ ਰਹਿਣੇ ਸ਼ੁਰੂ ਹੋ ਗਏ ਤੇ ਔਰਤਾਂ ਦੀ ਸਥਿਤੀ ਦੇ ਵਿੱਚ ਸੁਧਾਰ ਹੋ ਗਿਆ ਹਾਂਜੀ ਇਹ ਤਾਂ ਸਿੰਪਲ ਜਿਹਾ ਪੁਆਇੰਟ ਹੈ ਮਤਲਬ ਕਿ ਤੁਸੀਂ ਪੁਆਇੰਟ ਸਮਝ ਕੇ ਆਪਣੇ ਵਰਡਿੰਗ ਚ ਉਹਨੂੰ ਆਹ ਨਾ ਰਾਮ ਨਾਲ ਬਣਾ ਸਕਦੇ ਹੋ ਆਵਾਜ਼ੀ ਤੇ ਸੰਚਾਰ ਦੇ ਸਾਧਨਾਂ ਦਾ ਵਿਕਾਸ ਹੋਇਆ ਠੀਕ ਆਵਾਜ਼ੀ ਦੇ ਕਿੰਨੇ ਸਾਧਨ ਨੇ ਹੁਣ ਸੰਚਾਰ ਦੇ ਸਾਧਨ ਟੈਲੀਫੋਨ ਮੋਬਾਈਲ ਸੋ ਇਹ ਸੀ ਪੱਛਮੀਕਰਨ ਦੇ ਪ੍ਰਭਾਵ ਥੈਂਕਸ ਤਲਾ ਹੈਡਿੰਗ ਯਾਦ ਹੋਣ ਫਿਰ ਵਿੱਚੋਂ ਆਪਣੇ ਵਰਡਿੰਗ ਚ ਲਿਖ ਸਕਦੇ ਆ